ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਤੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਦਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਵਿੱਚ ਪੈ ਸਕਦਾ ਹੈ ਪਾਰੀਮੀ ਮੌਸਮ ਵਿਭਾਗ ਨੇ ਜਾਰੀ ਕੀਤਾ orange alert ਤਾਂ ਦੋਸਤੋ ਪੰਜਾਬ ਦੇ ਵਿੱਚ ਮੌਸਮ ਨੇ ਕਾਫੀ ਪਾਰੀ ਤਬਾਈ ਮਚਾਈਆ ਤੇ ਕਈ ਥਾਵਾਂ ਤੇ ਨੁਕਸਾਨ ਦੇਖਣ ਨੂੰ ਮਿਲਿਆ ਤੇ ਉੱਤੇ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਗਈਆਂ ਹਨ ਹਾਲਾਂਕਿ ਹਜੇ ਵੀ ਮੌਸਮਾ ਹੋਰ ਸਤੌਣ ਵਾਲਾ ਤੇ ਮੌਸਮ ਵਿਭਾਗ ਨੇ 25 ਮਾਰਚ ਨੂੰ ਪੰਜਾਬ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਤੇ ਐਸਾ ਦਰਨ ਮੀਂਹ ਦੇ ਨਾਲ ਨਾਲ 40 ਤੋਂ ਲੈ ਕੇ 50 ਕਿਲੋਮੀਟਰ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਗਲੀ ਖਬਰਾ ਪਟਵਾਰੀ ਦੀਆਂ ਨਿਕਲੀਆਂ 700 ਤੋਂ ਬਾਅਦ ਔਸਾਮੀਆਂ ਔਰਤਾਂ ਵੀ ਕਰ ਸਕਦੀਆਂ ਹਨ ਅਪਲਾਈ ਜਾਣੂ ਬੇਰਬਾ ਤਾਂ ਦੋਸਤੋ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੀ ਤਲਾਸ਼ਕਾਰੇ ਨੌਜਵਾਨਾਂ ਦੇ ਲਈ ਅਪਲਾਈ ਕਰਨ ਦਾ ਵਧੀਆ ਮੌਕਾ ਹੈ ਤੇ ਪੰਜਾਬ ਦੇ ਅਧੀਨ ਸੇਵਾਮਾ ਚੋਣ ਬੋਰਡ ਨੇ ਪਟਵਾਰੀ ਭਰਤੀ 2023 ਆਨਲਾਈਨ ਅਰਜੀ ਵਿੱਡੋ ਨੂੰ ਮੜਾ ਕੁਲਿਆ ਤੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਪੀ ਟ੍ਰਿਪਲ ਐਸ ਬੀ ਦੇ ਅਧਿਕਾਰਤ ਵੈਬਸਾਈਟ psb.punjab.gov.in ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਪੀਐਸਬੀ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਪਟਵਾਰੀ ਭਾਰਤੀ ਦੇ ਲਈ ਆਨਲਾਈਨ ਅਰਜ਼ੀਆਂ 24 ਮਾਰਚ 2023 ਤੋਂ ਸ਼ੁਰੂ ਹੋ ਚੁੱਕੀਆਂ ਹਨ ਤੇ ਯੋਗ ਉਮੀਦਵਾਰ 5 April ਤੱਕ ਅਪਲਾਈ ਕਰ ਸਕਦੇ ਹਨ ਤੇ ਇਸ ਤੋਂ ਪਹਿਲਾਂ ਅਰਜ਼ੀ ਦੀ ਆਖਰੀ ਮਿਤੀ 20 ਮਾਰਚ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰੇ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲੇ ਬਟਨ ਨੂੰ ਦਬਕੇ ਆਲਟੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਖਬਰਾਂ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕੇਂਦਰੀ ਮਲਾਈਮਾਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਤੋਹਫਾ ਤਾਂ ਦੋਸਤੋ ਕੇਂਦਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਮਹਿੰਗਾਈ ਭੱਤੇ ਆ ਤੇ ਮਹਿੰਗਾਈ ਰਾਹਤ ਨੂੰ 4% ਤੋਂ ਵਧਾ ਕੇ 42% ਕਰ ਦਿੱਤਾ ਤੇ ਇਸ ਦੇ ਨਾਲ ਕੇਂਦਰ ਸਰਕਾਰ ਦੇ 47.58 ਲੱਖ ਮਲਾਈਮਾਂ ਤੇ 69.75 ਲੱਖ 95 ਨੂੰ ਲਾਭ ਹੋਵੇਗਾ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਨੇ ਆਰਥਿਕ ਮਾਮਲਿਆਂ ਬਾਰੇ ਕੈਬਨਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਆਕ ਕੇ ਮੰਗਾਈ ਪੱਤੇ ਅਤੇ ਮੰਗਾਈ ਰਾਹਤ ਵਿੱਚ ਬਾਅਦ ਦੇ ਨਾਲ ਸਰਕਾਰੀ ਖਜ਼ਾਨੇ ਤੇ ਸਲਾਨਾ 12815.60 ਕਰੋੜ ਰੁਪਏ ਦਾ ਅਸਰ ਪਵੇਗਾ ਮਾਨਸਾ ਤੋਂ ਖਬਰ ਹੈ 6 ਸਾਲਾ ਬੱਚੇ ਹਰ ਉਦੇਵੀਰ ਸਿੰਘ ਦੇ ਕਾਤਲਾਂ ਨੂੰ ਫੜਨ ਦੇ ਲਈ ਬਠਿੰਡਾ ਚੰਡੀਗੜ੍ਹ ਜਾਮ ਲਗਾਇਆ ਗਿਆ। ਜੇਹਾਂ ਦੋਸਤੋ ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਦੇ ਵਿੱਚ ਕਤਲ ਕੀਤੇ 6 ਸਾਲਾ ਦੇ ਬੱਚੇ ਹਰ ਉਦੇਵੀਰ ਦੇ ਕਤਲ ਦੇ ਮੌਕੇ ਮਲਜ਼ਮਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਪਰਿਵਾਰ ਰਿਸ਼ਤੇਦਾਰਾਂ ਪਿੰਡ ਵਸੀਆਂ ਤੇ ਵੱਖ-ਵੱਖ ਜੱਥੇਬੰਦੀਆਂ ਦੇ ਵੱਲੋਂ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਜਾਮ ਕੀਤਾ ਗਿਆ ਤੇ ਇਹ ਜਾਮ ਪਿੰਡਾ ਕੋਟਲੀ ਕਲਾਂ ਨੇੜੇ ਪੈਂਦੇ ਪਿੰਡ ਭਾਈ ਦੇਸਾ ਵਿਖੇ ਲਗਾਏ ਗਏ ਤੇ ਪਰਿਵਾਰ ਨੇ ਹਰ ਉਹਦੇ ਵੀਰ ਸੰਗਤੀਆਂ ਤਸਵੀਰਾਂ ਵਾਲੀਆਂ ਤਾਕਤਾਂ ਅਤੇ ਮੌਕਾ ਮਲਜਮਾਨੀਆਂ ਤਸਵੀਰਾਂ ਵਾਲੀਆਂ ਤਾਕਤਾਂ ਫੜੀਆਂ ਹੋਈਆਂ ਸਨ ਪਰਿਵਾਰ ਦੇ ਬੋਲੋ ਦੋਸ਼ ਲਗਾ ਗਿਆ ਕਿ ਮੌਕਾ ਮਲਜਮਾਨ ਨੂੰ ਪੁਲਿਸ ਫੜ ਨਹੀਂ ਰਹੀ ਅਤੇ ਜ਼ਹਦੇ ਕਾਰਨ ਅੱਜ ਉਹਨਾਂ ਨੂੰ ਧਾਰਨੇ ਲਾਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਤੇ ਕਤਲ ਕੀਤੇ ਗਏ ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਨੇ ਇਹ ਹੈ ਕਿ ਉਹਨਾਂ ਨੇ ਪਹਿਲੇ ਦਿਨ ਹੀ ਪੁਲਿਸ ਨੂੰ ਮੁੱਖ ਮਲਜ਼ਮਾਂ ਬਾਰੇ ਦੱਸ ਦਿੱਤਾ ਹੀ ਪਰ ਪੁਲਿਸ ਦੇ ਬੋਲੋ ਗ੍ਰਫਤਾਰ ਨਹੀਂ ਕੀਤਾ ਗਿਆ ਤੇ 1271 ਲੋਕਾਂ ਨੇ ਮੰਗ ਕੀਤੀ ਆ ਕਿ ਕੱਲ੍ਹ ਭੋਗ ਤੋਂ ਪਹਿਲਾਂ ਮੁੱਖ ਮਲਜ਼ਮਾਂ ਨੂੰ ਗ੍ਰਫਤਾਰ ਕੀਤਾ ਜਾਵੇ ਤੇ ਇਸ ਦੌਰਾਨ ਹੀ ਥਾਣਾ ਸਦਰ ਮਾਨਸਾ ਦੇ ਮੁਖੀ ਪ੍ਰਵੀਨ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਦੀ ਜਾਂਚ ਦੇ ਦੌਰਾਨ ਹੀ ਕਤਲ ਦੇ ਮੁੱਖ ਮਲਜ਼ਮਾਂ ਸਾਹਮਣੇ ਆਏ ਹਨ ਤੇ ਜਿਨ੍ਹਾਂ ਵਿੱਚੋਂ ਦੋਨ ਗ੍ਰਫਤਾਰ ਕਰ ਲਿਆ ਗਿਆ ਤੇ ਦੋ ਫਰਾਰ ਹਨ ਤੇ ਉਹਨਾਂ ਨੂੰ ਫੜਨ ਦੇ ਲਈ ਲਗਾਤਾਰ ਛਾਪੇ ਜਾਰੀ ਹਨ ਜਲਦੀ ਮਕਾ ਲਓ ਬੈਂਕਿੰਗ ਦੇ ਨਾਲ ਜੁੜੇ ਸਾਰੇ ਕੰਮ ਅਪ੍ਰੈਲ ਦੇ ਵਿੱਚ 15 ਦਿਨ ਬੰਦ ਰਹਿਣਗੇ ਬੈਂਕ ਤਾਂ ਦੋਸਤੋ ਮਾਰਚ ਦਾ ਮਹੀਨਾ ਖਤਮ ਹੋਣ ਦੇ ਵਿੱਚ ਕੁਝ ਹੀ ਦਿਨ ਬਾਕੀ ਹਨ ਤੇ ਉਸ ਤੋਂ ਬਾਅਦ ਅਗਲੇ ਮਹੀਨੇ ਅਪ੍ਰੈਲ ਦੀ ਸ਼ੁਰੂਆਤ ਹੋਵੇਗੀ ਜਿਸ ਵਿੱਚ ਕਈ ਮਹੱਤਵਪੂਰਨ ਬਦਲਾਅ ਲਾਗੂ ਹੋਣ ਜਾ ਰਹੇ ਹਨ ਤੇ ਹਦੇ ਨਾਲ ਹੀ ਬੈਂਕ ਛੁੱਟੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਿਆ ਤੇ ਇਸ ਤਰ੍ਹਾਂ ਜੇਕਰ ਤੁਹਾਡੇ ਕੋਲ ਬੈਂਕਿੰਗ ਦੇ ਨਾਲ ਜੁੜਿਆ ਕੋਈ ਵੀ ਕੰਮ ਹੈ ਤਾਂ ਇਨ੍ਹਾਂ ਛੁੱਟੀਆਂ ਦੇ ਹਿਸਾਬ ਦੇ ਨਾਲ ਆਪਣੀ ਯੋਜਨਾ ਬਣਾਓ ਬੈਂਕ ਕਿੰਨੇ ਅਧਿਆਨ ਬੰਦ ਰਹਿਣਗੇ ਬੈਂਕਿੰਗ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ ਬੈਂਕ ਅਪ੍ਰੈਲ ਦੇ ਵਿੱਚ 15 ਦਿਨ ਦਿਲੇ ਬੰਦ ਰਹਿਣਗੇ ਜਿਸ ਦੇ ਵਿੱਚ ਖੇਤਰੀ ਅਤੇ ਰਾਸ਼ਟਰੀ ਛੁੱਟੀਆਂ ਦੇ ਨਾਲ-ਨਾਲ ਚੌਥੇ ਦੂਜੇ ਸ਼ਨੀਵਾਰ ਅਤੇ ਐਤਵਾਰ ਵੀ ਸ਼ਾਮਲ ਹਨ ਅਗਲੀ ਖਬਰ ਦਿੱਲੀ ਆਪਕਾਰੀ ਨੀਤੀ 5 ਅਪ੍ਰੈਲ ਤੱਕ ਜੇਲ੍ਹ ਦੇ ਵਿੱਚ ਰਹਿਣਗੇ ਮਨੀਸ਼ ਸੁਸੋਦੀਆ ਤਾਂ ਦੋਸਤੋ ਦਿੱਲੀ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਆਪਕਾਰੀ ਨੀਤੀ ਦੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਆਪ ਦੇ ਨੇਤਾ ਮਨੀਸ਼ ਸੁਸੋਦੀਆ ਦੀ ਜਮਾਨਤਾ ਪਟੀਸ਼ਨ ਤੇ ਸੁਣਵਾਈ 5 April ਤੱਕ ਮੁਲਤਵੀ ਕਰ ਦਿੱਤੀ ਹੈ ਤੇ ਸੁਸੋਦੀਆ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ 12ਵੀਂ ਜਮਾਦੇ ਪੇਪਰ ਦੇ ਦੌਰਾਨ ਮੱਚੀ ਹਫੜਾ ਦਫੜੀ ਆਪ ਵਿਧਾਇਕ ਨੇ ਲਗਾਏ ਦੋਸ਼ ਜੀ ਆਹਨ ਦੋਸਤੋ ਬਾਬਾ ਬਕਾਲਾ ਸਹਿਬਾ ਬਖੇ ਸਤਿ ਸ਼੍ਰੀ ਮਾਤਾ ਗੰਗਾ ਕਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਚੱਲ ਰਹੇ 12ਵੀਂ ਜਮਾਤ ਦੇ ਪੇਪਰ ਦੇ ਦੌਰਾਨ ਕੇਂਦਰ ਦੇ ਬਾਹਰ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਵਿਧਾਇਕ ਸੁਖਪਾਲ ਸਿੰਘ ਖੈਰਾਂ ਨੇ ਰੌਲਾ ਪਾਇਆ ਕਿ ਕੇਂਦਰ ਦੇ ਅੰਦਰ ਬਟਾਲਾ ਤੋਂ ਆਪ ਦੇ ਵਿਧਾਇਕ ਅਮਨ ਸ਼ੇਰ ਸਿੰਘ ਅਰਪ ਸ਼ੈਰੀ ਕਲ ਸਿੱਧੀ ਵਜਾਏ ਕਿਸੇ ਹੋਰ ਦਾ ਪੇਪਰ ਦਿੱਤਾ ਜਾ ਰਿਹਾ ਤੇ ਵਿਧਾਇਕ ਦੀ ਪਤਨੀ ਰਾਜਬੀਰ ਕੌਰ ਵੀ ਪੇਪਰ ਦੇਰੀਆ ਤੇ ਵਿਧਾਇਕਾਂ ਖੈਰਾਂ ਨੂੰ ਕਹਜਾ ਲੋਕਾਂ ਨੇ ਕੇਰਲੇ ਅਤੇ ادੋਸ਼ ਲੈ ਕੇ ਸ਼ਾਇਦ ਇਹ ਲੋਕੀ ਵਿਧਾਇਕ ਸ਼ੈਰੀ ਕਾਲਸੀ ਦੀ ਥਾਂ ਪੇਪਰ ਦੇਰੇ ਹਾਂ ਤੇ ਉਹਨਾਂ ਨੇ ਦੋਸ਼ ਲੈ ਕੇ ਸ਼ੈਰੀ ਕਾਲਸੀ ਨੇ میٹرک پاس ਕੀਤੇ ਅਤੇ ਉਹ 12ਵੀਂ ਦੀ ਪ੍ਰੀਖਿਆ ਫਰਜੀ ਕਰਨਾ ਚਾਹੁੰਦਾ ਹੈ ਤੇ ਫਿਰ ਉਸ ਵਰਗੀ ਵੱਡੇ ਡਿਗਰੀ ਹਾਸਲ ਕਰ ਲਵੇ ਤਾਂ ਜੋ ਉਹ ਡਿਗਰੀ ਲੈ ਕੇ ਨੌਕਰੀ ਕਰਨ ਵਾਲਾ ਬਣ ਸਕੇ ਕੇਂਦਰ ਨੇ ਬੀਟੀ ਕਾਟਨਾ ਬੀਡਾਂ ਦੀ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਜਿਵੇਂ ਦੋਸਤੋ ਕੇਂਦਰ ਸਰਕਾਰ ਦੇ ਵੱਲੋਂ ਸੋਨੇ ਦੀ ਫਸਲ ਨਰਮੇਦੀ ਬਜਾਈਦਲੇ ਬੀਤੇ ਕਾਟਨ ਬੀਜਾਂ ਕੀਮਤਾਂ ਦੇ ਵਿੱਚ ਇਸ ਵਾਰ 43 ਰੁਪਏ ਪ੍ਰਤੀ ਪੈਕਟ ਦਾ ਵਾਅਦਾ ਕਰ ਦਿੱਤਾ ਗਿਆ ਤੇ ਇਹ ਦਫਾ ਨਮੀਆਂ ਕੀਮਤਾਂ 853 ਰੁਪਏ ਉਹ ਗੰਗਾ ਹਨ ਜੋ ਕਿ ਪਿਛਲੇ ਸਾਲ ਇਹ 810 ਰੁਪਏ ਸੰਤੇ ਹਣ ਦੇਹਦਿਆਂ ਬੀਜ ਕੰਪਨੀਆਂ ਨੂੰ ਸਰਕਾਰ ਦੇ ਵੱਲੋਂ ਬੀਤੇ ਆ ਦੁੱਧੀਆਂ ਕੀਮਤਾਂ 853 ਰੁਪਏ ਰੱਖਣ ਦੇ ਆਦੇਸ਼ ਦਿੱਤੇ ਗਿਆਨ ਤੇ ਇਸ ਤੋਂ ਬਾਅਦ ਰੇਟ ਆ ਬਸੂਲਨ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕਰੰਦਲੇ ਵੀ ਕਿਹਾ ਗਿਆ ਤੇ ਇਸ ਬਾਹਰ ਬੀਟੀ ਇੱਕ ਦੀਆਂ ਕੀਮਤਾ ਵਿੱਚ 635 ਰੁਪਏ ਰੱਖਿਆ ਗਿਆ ਪਰ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੇ ਨਰਮਾ ਪੱਟੀ ਦੇ ਲੋਕਾਂ ਬਾਹਰ ਬੀਟੀ ਦੋਨੋਂ ਹੀ ਅਭੀਜਨ ਨੂੰ ਤਰਜੀਹ ਦੇ ਰਹੇ ਹਨ ਜਦੋਂ ਕਿ ਇਹਦੇ باوجود گلابی ਸੁੰਡਿਆ ਤੇ ਚਿੱਟੀ ਮੱਕੀ ਦਾ ਲਗਾਤਾਰ ਹਮਲੇ ਹੋਣ ਦੇ ਕਾਰਨ ਫਸਲ ਦਾ ਭਾਰੀ ਨੁਕਸਾਨ ਵੀ ਹੋ ਰਿਹਾ ਹੈ ਅਦਾਲਤ ਨੇ ਅਮਰਤ ਪਾਲ ਦੇ 10 ਸਾਥੀ ਭੇਜੇ ਜੇਲ੍ਹ ਤਾ ਦੋਸਤੋ ਅਮਰਤਾ ਪਾਲ ਦੇ 10 7 ਨੂੰ ਅਦਾਲਤ ਦੇ ਵੱਲੋਂ 6 April ਤੱਕ ਜੇਲ੍ਹ ਵਾਚਿਆ ਭੇਜ ਦਿੱਤਾ ਗਿਆ ਤੇ ਇੱਕ ਸਾਤ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਤੇ ਇਹ ਜਾਣਕਾਰੀ ਐਸਾ ਕਿਸ ਦੇ ਪੈਰ ਵੀ ਕਰ ਰਹੇ ਐਡਵੋਕੇਟ ਰਿਤੂ ਰਾਜ ਸੰਤੂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਫਰਾਰ ਚੱਲ ਰਹੇ ਅਮਰਤ ਪਾਲ ਦੇ ਪਾਲ ਦੇ ਵਿੱਚ ਲੱਗੇ ਪੁਲਿਸ ਘਰੋਂ ਪਾਸਪੋਰਟ ਵੀ ਹੋਇਆ ਗਾਇਬ ਨਿਆ ਦੋਸਤੋ ਪੰਜਾਬ ਦੇ ਵਿੱਚ ਵੱਖ-ਵੱਖ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਦਾ ਪਾਸਪੋਰਟ ਅਉਧੇ ਕਰੋ ਅ ਗਾਇਬ ਹੁੰਦਾ ਮਾਮਲਾ ਜਿਹੜਾ ਸਾਹਮਣੇ ਹੈ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅਮਰਤਪਾਲ ਦੇ ਮਾਪਿਆਂ ਦੇ ਕੋਲੋਂ ਉਸਦੇ ਪਾਸਪੋਰਟ ਸਬੰਧਿਤ ਜਾਣਕਾਰੀ ਮੰਗੀ ਸੀ ਪਰ ਉਹਨਾਂ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਪੁਲਿਸ ਅਧਿਕਾਰੀ ਅਮਰਤਪਾਲ ਸਿੰਘ ਦੇ ਪਾਸਪੋਰਟ ਬਾਰੇ ਹੋਰ ਜਾਣਕਾਰੀ ਜਟਾਉਣ ਦੇ ਵਿੱਚ ਲੱਗੇ ਹੋਏ ਹਨ ਕਿਉਂਕਿ ਸ਼ੱਕ ਹੈ ਕਿ ਕਿਤੇ ਪੁਲਿਸ ਦੀ ਕਾਰਵਾਈ ਨੂੰ ਦੇਖਦਿਆਂ ਅਮਰਿਤਪਾਲ ਸਿੰਘ ਨੇ ਆਪਣੇ ਘਰੋਂ ਆਪਣਾ ਪਾਸਪੋਰਟ ਮੰਗਵਾ ਨ ਲਿਆ ਹੋਵੇ। ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਸਦਰਾਂ ਤੇ ਫੇਰਿਆ ਪਾਣੀ। ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ। ਤਾਂ ਦੋਸਤੋ ਵੱਡੀ ਖਬਰ ਆ ਚੁੱਕੀ ਆ ਬਰਨਾਲਾ ਤੋਂ ਕੁਦਰਤ ਦੀ ਕਰੋਪੀ ਨੇ ਇੱਕ ਵਾਰ ਮੋੜਾ ਪੰਜਾਬ ਦੇ ਕਿਸਾਨਾਂ ਦੀਆਂ ਸਦਰਾਂ ਦੇ ਉੱਤੇ ਪਾਣੀ ਫੇਰ ਦਿੱਤਾ ਹੈ। ਮਨ੍ਹਾਉ ਦੇ ਬੱਚਾ ਬੇ ਮਾウス ਮੀਂਹ ਦਾ ਦੌਰ ਜਾਰੀ ਹਤੇ ਲਗਾਤਾਰ ਦੁੱਧ ਨਾ ਤੋਂ ਪੈਰੇ ਮੀਂਹ ਦੇ ਕਾਰਨ ਭਾਵੇਂ ਠੰਡ ਨੇ ਮੌੜ ਦਸ ਤੱਕ ਦੇ ਦਿੱਤੀਆ ਪਰ ਇਸ ਸਮੀਂ ਨੇ ਕਿਸਾਨਾਂ ਦੀਆਂ ਰੰਗਾਂ ਬਟਾਰੀਆਂ ਫਸਲਾਂ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਕੀਤਾ ਖਾਸ ਤੌਰ ਦੇ ਉੱਤੇ ਕਣਕ ਦੀ ਫਸਲ ਬੁਰੀ ਤਰ੍ਹਾਂ ਦੇ ਨਾਲ ਇਸ ਸਮੀ ਅਤੇ ਗੜੇ ਮਾਰੀ ਦੇ ਨਾਲ ਝੰਬੀ ਗਿਆ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਆ ਬੀਤੇ ਕੱਲ ਤੇ ਤਰ ਮੀਂਹ ਅਤੇ ਗੜੇ ਮਾਰੀ ਹੋਈ ਅਤੇ ਜਿਸ ਕਾਰਨ ਕਣਕ ਸਰੋਂ ਸਮੇਤ ਸਬਜ਼ੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ ਖੇਤਾਂ ਵਿੱਚ ਆ ਕਣਕ ਦੀ ਖੜੀ ਫਸਲ ਧਰਤੇ ਉੱਤੇ ਵਿਛ ਗਈ ਹੈ ਤੇ ਜਿਸ ਕਾਰਨ ਫਸਲ ਦੇ ਝਾੜ ਦੇ ਉੱਤੇ ਵੱਡਾ ਅਸਰ ਪੈਣ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗਾ ਹੈ ਮੀਂਹ ਦੇ ਨਾਲ ਗੜੇ ਇਸ ਸਬੰਧੇ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਕੱਲ ਰਾਤ ਮੀਂਹ ਦੇ ਨਾਲ ਗੜੇ ਵੀ ਪਏ ਹਨ ਤੇ ਇਸ ਦੇ ਨਾਲ ਕਣਕ ਸਮੇਤ ਸਾਰੀਆਂ ਫਸਲਾਂ ਜੜਗਾ ਨੁਕਸਾਨੀਆਂ ਗਈਆਂ ਹ ਤੇ ਉਹਨਾਂ ਦੇ ਸਾਇਕੇ ਕਣਕ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜੋ ਕਿ ਲਗਭਗ ਸਾਰੇ ਕਿਸਾਨਾਂ ਦੇ ਹੋਇਆ ਤੇ ਉਹਨਾਂ ਨੇ ਦੱਸਿਆ ਕਿ ਮੀਂਹ ਤੇਜ਼ ਹਨੇਰੀ ਅਤੇ ਗੜੇਮਾਰੀ ਨੇ ਫਸਲ ਨੂੰ ਤਾਰਤੀ ਦੇ ਉੱਤੇ ਸੁੱਟ ਦਿੱਤਾ ਤੇ ਜਿਸ ਦੇ ਨਾਲ ਹੁਣ ਕਣਕ ਦੇ ਛਿੱਟਿਆਂ ਦੇ ਵਿੱਚ ਬਣ ਵਾਲੇ ਦਾਣੇ ਨੂੰ ਭਾਰੀ ਨੁਕਸਾਨ ਹੋਵੇਗਾ ਤੇ ਜਿਸ ਦੇ ਨਾਲ ਫਸਲ ਦੇ ਝਾੜ ਦੇ ਉੱਤੇ 50 ਫੀਸਦੀ ਅਸਰ ਪੈਣ ਦੇ ਅਸਾਰ ਹਨ ਮੁਆਵਜ਼ੇ ਦੀ ਮੰਗ ਉਹਨਾਂ ਦਾ ਕਹਿਣਾ ਕਿ ਕਿਸਾਨ ਪਹਿਲਾਂ ਹੀ ਕਰਜ਼ਾਈ ਹਣ ਤੇ ਕਿਸਾਨਾਂ ਦੇਉ ਤਾਂ ਕੁਦਰਤ ਵੀ ਕਿ ਸੰਦਾ ਖੜਾ ਨਹੀਂ ਛੜ ਰਹੀ ਹੈ ਤੇ ਉਹਨਾਂ ਦੇ ਕੋਲ 60 ਤੋਂ ਲੈ ਕੇ 70000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜ਼ਮੀਨਾਂ ਠੇਕੇ ਦੇ ਉੱਪਰ ਹੰਤੇ ਇਸੇ ਫਸਲ ਦੇ ਵਿੱਚ ਉਹਨਾਂ ਨੇ ਠੇਕਾ ਵੀ ਮੋੜਨਾ ਤੇ ਇਸੇ ਫਸਲ ਦੇ ਵਿੱਚੋਂ ਫਸਲ ਖਾਣ ਦੇ ਲਈ ਤੇ ਸਾਰਾ ਸਾਲ ਘਰ ਚਲਾਉਣ ਦੇ ਲਈ ਵੀ ਕਣਕ ਵਰਤਨੀਆ ਤੇ ਉਹਨਾਂ ਦਾ ਮੀਂਹ ਪਾਰਾ ਵੱਡਾ ਨੁਕਸਾਨ ਕਰ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਦੋਮਾ ਦੇ ਨਾਲ ਨਿਤਨੇ ਕਿਸਾਨਾਂ ਦੇ ਪੱਕੇ ਵਿੱਚ ਨਹੀਂ ਹਨ ਪਰ ਫਿਰ ਵੀ ਸਰਕਾਰ ਤੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਮੀਂਹ ਦੇ ਨਾਲ ਨੁਕਸਾਨੇ ਗਏ ਫਸਲ ਦੀ ਅਧਿਕਾਰੀ ਭੇਜ ਕੇ ਗਰਦਾਬਰੀ ਕਰਵਾਉਣ ਤੇ ਜਲਦ ਇਹਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਕਿਸਾਨਾਂ ਨੇ ਇਹ ਵੀ ਕਹਿ ਕੇ ਭਾਵੇਂ ਕੇਂਦਰ ਅਤੇ ਸੂਬਾ ਸਰਕਾਰ ਖੁਦ ਨੂੰ ਕਿਸਾਨ ਹਤੈਸ਼ੀ ਕਹਿਣ ਪਰ ਅਸਲ ਦੇ ਵਿੱਚ ਉਹਨਾਂ ਦੀ ਕਿਸੇ ਨੇ ਬਾ ਨਹੀਂ ਫੜੀ ਹੈ ਪ੍ਰਧਾਨ ਮੰਤਰੀ ਉਜਬਲਾ ਜੋਇਨਾ ਦੇ ਲਾਭਪਾਤਰਾਂ ਦੇ ਲਈ ਵੱਡੀ ਰਾਹਤ ਕੇਂਦਰ ਸਰਕਾਰ ਨੇ ਐਲਪੀਜੀ ਸਬਸਿਡੀ ਦਾ ਕੀਤਾ ਐਲਾਨ ਤਾਂ ਦੋਸਤੋ ਪ੍ਰਧਾਨ ਮੰਤਰੀ ਉਜਬਲਾ ਜੋਇਨਾ ਦੇ ਲਾਭਪਾਤਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੇ ਘਰੇਲੂ ਐਲਪੀਜੀ ਗੈਸ ਸਿਲੰਡਰ ਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਨੂੰ ਸਸਤੀ ਕੀਮਤ ਤੇ ਰਸੋਈ ਗੈਸ ਮਿਲੇਗੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਦੇ ਨਵੇਂ ਨੋਟੀਫਿਕੇਸ਼ਨ ਤੋਂ ਬਾਅਦ ਉਜਬਲਾ ਜੋਇਨਾ ਦੇ 9.9 ਕਰੋੜ ਲਾਪਾਤਰਗਾਂ ਨੂੰ ਪ੍ਰਤੀ ਸਾਲ 14.2 ਕਿਲੋ ਦੇ ਐਲਪੀਜੀ ਗੈਸ ਸਿਲੰਡਰ ਤੇ 200 ਰੁਪਏ ਦੀ ਸਬਸਿਡੀ ਮਿਲੇਗੀ ਤੇ ਇਹਦੇ ਨਾਲ ਹੀ ਸਰਕਾਰ ਨੇ ਇੱਕ ਸਾਲ ਦੇ ਵਿੱਚ 12 ਸਿਲੰਡਰ ਭਰਨ ਦੀ ਵੀ ਇਜਾਜ਼ਤ ਵੀ ਦਿੱਤੀ ਹੈ ਤੇ ਹਦਾ ਮਤਲਬ ਇਹ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਬੀਤੇ ਸਾਲ ਦੇ ਦੌਰਾਨ 12 ਰਸੋਈ ਗੈਸ ਸਿਲੰਡਰਾਂ ਤੇ 200 ਰੁਪਏ ਪ੍ਰਤੀ ਸਿਲੰਡਰ ਦੇ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ ਅਗਲੀ ਖਬਰ ਹੈ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ ਨੂੰ ਵੱਡੀ ਰਾਹਤ ਹਾਈ ਕੋਰਟ ਨੇ ਦਿੱਤੀ ਜ਼ਮਾਨਤ ਤਾਂ ਦੋਸਤੋ ਪੰਜਾਬ ਦੇ ਵਿੱਚ ਟੈਂਡਰ ਕਪੜੇ ਦੇ ਮਾਮਲੇ ਦੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਨ ਆਸ਼ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਭਾਰਤ ਪੂਸ਼ਨ ਆਸ਼ ਨੂੰ ਜ਼ਮਾਨਤ ਦੇ ਦਿੱਤੀ ਗਿਆ ਦੱਸ ਦੇ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਆਸ਼ੂਰੀ ਜ਼ਮਾਨਤ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਹਾਈ ਕੋਰਟ ਅਪੀਲਜ਼ ਮਾਮਲੇ ਦੇ ਸੁਣਵਾਈ ਬੇਤੇ 17 ਫਰਵਰੀ ਤੋਂ ਲਟਕਦੇ ਲਗਾਤਾਰ ਟਲਦੀ ਆ ਰਹੀ ਅਤੇ ਦਰਸਾਲਾ ਜਿਲ੍ਹੇ ਦੇ ਵਿੱਚ ਆ ਬੰਦ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਨੇ ਮਾਮਲੇ ਦੇ ਵਿੱਚ ਜ਼ਮਾਨਤ ਦੇ ਲਈ ਪਟੀਸ਼ਨ ਹਾਈ ਕੋਰਟ ਦੇ ਵਿੱਚ ਅਦਾਰਿਤ ਕੀਤੀ ਸੀ ਹਾਈ ਕੋਰਟ ਨੇ ਪਹਿਲਾ 17 ਫਰਵਰੀ ਅਤੇ ਫਿਰ 20 ਫਰਵਰੀ ਅਤੇ ਉਸ ਤੋਂ ਬਾਅਦ 23 ਫਰਵਰੀ ਫਰਵਰੀ ਦੇ ਲਈ ਸੁਣਵਾਈ ਟਾਲ ਦਿੱਤੀ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਿਆ ਦੱਸਨ ਜੋ ਗਏ ਕਿ ਪੰਜਾਬ ਵਿਜੀਲੈਂਸਾ ਬਿਊਰੋ ਨੇ ਆਸ਼ੂ ਦੇ ਖਿਲਾਫ 16 ਅਗਸਤ ਨੂੰ ਕੇਸ ਦਰਜ ਕੀਤਾ ਅਤੇ 22 ਅਗਸਤ ਨੂੰ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ